محمد بسم الله بسم اللہ الرحمن الرحیم ناد علی مظہر العجائب تجد و عون لطاف النوائب کل ہم من واغم من سین جلی بے علی بے علی بے علی اللہم کن لولی کل حجت ابن الحسن صلواتک علیہ وعلی آبائہ فی ہذہ الساعۃ وفی کل ساعہ ولیاً و حافظاً و قائداً و ناصراً و دلیلاً و عیناً حتیٰ تسکنہ ارضک طوعاً و تمتعہ فیہا طویلاً السلام علی الحسین و علی علی ابن الحسین و علی اولاد الحسین و علی اصحاب الحسین یا رب الحسین بحق الحسین اشف صدر الحسین بے ظہور الحجت القائم مجلس آزادی قبولیت دی خاطر صلوات بلند اللہم صلی علی محمد گزارش ہے جتنے ہو مجلس واسطے بہت ہو اپنے مرحومین بنیاں نے مجلس دے جمیع مرحومین جنہاں دے شال ثواب دی مجلس ہے انہاں دے مزید درجات دی بلندی دی خاطر کربلا کاظمین سمرہ نجف مسافر شام دے حرم دی حفاظت کر دے جتنے جوان بزرگ بچے دار فانی چھوڑ کے جا چکے ہیں اور ایسے مومنین جنہاں دی خاطر کوئی فاتحہ پڑھنا لا موجود نہیں سب دے درجات دی بلندی دی خاطر حضرت امام زمان علیہ السلام دی ذات تے صلوات ماشاءاللہ لا حول ولا قوة الا باللہ بسم اللہ الرحمن الرحیم صلوات الحمدللہ رب العالمین الصلاۃ والسلام اشرف الانبیاء والمرسلین عبد القاسم محمد اللهم صل على محمد ولعنة الله على أعدائهم أجمعين أما بعد فقط قال رسول الله صلى الله عليه وآله وسلم بسم الله الرحمن الرحيم أول ما خلق الله نوري صلوات اللهم صل على خلاق دو عالم شہزادی کونین جناب سیدہ سلام اللہ علیہ عزت عظمت صدقے اللہ حضرت امام زمان دے ظہور تاجیل فرما گئے جمعہ دا دن ہے بابرکت دن ہے اور دن منصوب بھی امام زمان دے نام نالے رعیت تے ویسے بھی فرض ہے اپنے آقا اپنے مولا دے ظہور دی خاطر دعا کرنا منگنا فرض ہے اگے امین آکھ لو تہاڈا فائدہ ہے
ਖੁਦਾਇਆ ਥਿਨ ਤੇਰੀ ਇੱਜ਼ਤ ਤਵਾਸਤਾ ਵਜੂਦ ਇਮਾਮ ਦੇ ਸਦਕੇ ਸਾਰਿਆਂ ਦੇ ਗੁਨਾਹ ਮਾਫ ਫਰਮਾਓ। ਬਾਨੀਆਂ ਨੇ ਮਜਲਿਸ ਦੇ ਜਮੀਏ ਮਰਹੂਮੀਨ ਹਾਜ਼ਰੀਨ ਦੇ ਮਰਹੂਮੀਨ ਦੀਆਂ ਕਬਰਾਂ ਰੋਸ਼ਨ ਫਰਮਾਓ। ਆਲੇ ਮੁਹੰਮਦ ਦੀ ਕਬਰਾਂ ਦੀ ਜ਼ਿਆਰਤ ਨਸੀਬ ਫਰਮਾਓ। ਬਾਕੀ ਜੋ ਦੁਆਵਾਂ ਦਿਲਾਂ 'ਚ ਰੱਖਦੇ ਹੋ ਕਬੂਲੀਅਤ ਦੀ ਖਾਤਰ ਮੁਮਕਿਨ ਹੱਦ ਤੱਕ ਸਲਵਾਤ ਬੁਲੰਦ ਆਵਾਜ਼ ਨਾਲ ਥੋੜ੍ਹਾ ਆਵਾਜ਼ ਉੱਚਾ ਕਰੋ। ਇਹ ਪੱਖਾ ਵੀ ਅਗਰ ਬੰਦ ਹੋ ਜਾਏ ਤਾਂ ਠੀਕ, ਕਿਉਂਕਿ ਮੈਨੂੰ ਆਪਣਾ ਆਵਾਜ਼ ਨਹੀਂ ਸੁਣਾਈ ਦਿੰਦਾ। ਅਗਰ ਹੋ ਸਕਦਾ ਤਾਂ ਵੀ ਬੰਦ ਕਰ ਦਿਓ। ਇਜਾਜ਼ਤ ਹੈ ਮੈਂ ਕਦੋਂ ਚਾਰ ਗੱਲਾਂ ਬਾਅਦ ਛੱਡ ਦਿਓ ਜੀ, ਛੱਡ ਦਿਓ ਛੱਡ ਦਿਓ ਛੱਡ ਦਿਓ, ਆਪੇ ਕਰ ਲੈਂਦੇ ਜੀ। ਆਲਮੀਨ ਦੇ ਰਸੂਲ ਦੀ ਮੈਂ ਇੱਕ ਹਦੀਸ ਪੜ੍ਹੀ ਹੈ, ਹਦੀਸ ਵੀ ਹੈ, ਮਜ਼ਹਬ ਅਹਿਲੇ ਬੈਤ ਦਾ ਅਕੀਦਾ ਵੀ ਹੈ, ਤੁਹਾਡੇ ਸਾਡੇ ਅਕੀਦੇ ਦੀ ਬੁਨਿਆਦ ਵੀ ਹੈ। ਸਰਕਾਰ ਰਿਸਾਲਤ ਇਮਾਮ ਨੇ ਫਰਮਾਇਆ ਅਵਲੋ ਮਾ ਖਲਕ ਲਾਹੋ ਨੂਰੀ, ਕਾਇਨਾਤ ਜੋ ਚੀਜ਼ ਸਭ ਤੋਂ ਪਹਿਲੇ ਬਣੀ ਹੈ ਉਹ ਮੁਹੰਮਦ ਮੁਸਤਫਾ ਦਾ ਨੂਰ ਹੈ। ਜੋ ਚੀਜ਼ ਅੱਲਾਹ ਨੇ ਇਸ ਕਾਇਨਾਤ ਸਭ ਤੋਂ ਪਹਿਲੇ ਖਲ ਕੀਤੀ। ਬਾਈ ਜਾਨ ਕੋਈ ਮਸਲਾ ਤਾਂ ਦੱਸੋ, ਛੋੜ ਦਿਓ ਜੀ ਹੁਣ ਮਜਲਿਸ ਪੜ੍ਹਨ ਦਿਓ ਜੀ, ਜਾਂ ਪਹਿਲੇ ਕਰ ਲੈਂਦੇ, ਹੁਣ ਮੇਰੇ ਵਾਰੀ ਸਾਰੇ ਕੰਮ ਹੋਣੇ ਹਨ ਜੀ। ਜੋ ਚੀਜ਼ ਕਾਇਨਾਤ 'ਤੇ ਸਭ ਤੋਂ ਪਹਿਲੇ ਖਲ ਕੋਈ ਉਹ ਹੈ ਮੁਹੰਮਦ ਮੁਸਤਫਾ ਸਰਕਾਰ ਦਾ ਨੂਰ। ਪਰ ਇਹ ਨੂਰ ਖਲ ਕਦੋਂ ਹੋਇਆ? ਜਨਾਬ ਅਮੀਰ ਅਲ ਮੋਮਿਨੀਨ ਅਲੈਹਿ ਸਲਾਮ ਤੋਂ ਕਿਸੇ ਬੰਦੇ ਨੇ ਜਾ ਕੇ ਪੁੱਛੇ ਕਿ ਮੌਲਾ ਆਪ ਕੀ ਖਿਲਕਤ ਕਬ ਹੋਈ ਥੀ? ਬੋਲੋ ਠੀਕ ਹੈ, ਵਰਨਾ ਚਲੋ ਗੱਲ ਸੁਣ ਲਓ। ਉਸ ਕਿ ਮੌਲਾ ਆਪ ਕੀ ਖਿਲਕਤ ਕਬ ਹੋਈ ਥੀ? ਇਮਾਮ ਉਲ ਮੁਤਕੀਨ ਨੇ ਸ਼ਾਇਲ ਦਾ ਜ਼ਰਫ ਵੇਖ ਕੇ ਜ਼ਰਫ ਦੇ ਮੁਤਾਬਿਕ ਜਵਾਬ ਦਿੱਤਾ। ਮੌਲਾ ਨੇ ਫਰਮਾਇਆ ਕਬ ਨ ਥਾ ਅਲੀ ਥਾ। ਇਹ ਜਿਹੜਾ ਤੂੰ ਆਦ ਕਰੇ ਨਾ ਕਬ, ਮੌਲਾ ਫਰਮਾਏ ਇਹ ਕਬ ਵੀ ਕੋਈ ਨਹੀਂ, ਅਸੀਂ ਹਾਈ। ਸ਼ਾਇਲ ਨੇ ਫੌਰਨ ਆਪਣਾ ਸਵਾਲ ਬਦਲ ਦਿੱਤਾ, ਯਾ ਅਲੀ ਮੇਰਾ ਸਵਾਲ ਇਹ ਹੈ ਵਕਤ ਕਿਹੜਾ ਹੈ, ਵਕਤ ਕਿਹੜਾ ਹੈ? ਛੋੜ ਦਿਓ ਸਾਈ, ਵਕਤ ਕਿਹੜਾ ਹੈ? ਇਹਦਾ ਅੱਲਾ ਤੁਹਾਡੀ ਤਖਲੀਕ ਕੀਤੀ ਹੈ। ਇਮਾਮ ਉਲ ਮੁਤਕੀਨ ਅਲੈਹਿ ਸਲਾਮ ਨੇ ਫਰਮਾਇਆ ਵਕਤ ਵੀ ਨ ਥਾ ਹਮ ਚੌਦਾ ਥੇ। ਉਸ ਆਖਿਆ ਮੌਲਾ ਮੈਂ ਅਗਲਾ ਸਵਾਲ ਕਰਾਂ, ਸਰਕਾਰ ਫਰਮਾਇਆ ਪੁੱਛ। ਉਸ ਆਖਿਆ ਮੌਲਾ ਜਦੋਂ ਤੁਸੀਂ ਬਣੇ ਆਓ ਤੁਸੀਂ ਜ਼ਮੀਨ ਹਾਈ, ਇਮਾਮ ਫਰਮਾਇਆ ਨਹੀਂ। ਆਸਮਾਨ ਹਾਈ, ਮੌਲਾ ਫਰਮਾਇਆ ਨਹੀਂ। ਮੈਨੂੰ ਤੁਹਾਡੇ ਮਿਜ਼ਾਜ ਦਾ ਨਹੀਂ ਪਤਾ, ਤੁਸੀਂ ਆਪਣੇ ਮਿਜ਼ਾਜ ਨਾਲ ਸੁਣੋ, ਮੈਂ ਆਪਣੇ ਨਾਲ ਪੜ੍ਹ ਰਿਹਾ। ਤੁਸੀਂ ਸੁਰ ਸੁਣਦੇ ਹੋ, ਗੱਲ ਸੁਣਦੇ ਹੋ, ਕਸੀਦਾ ਸੁਣਦੇ ਹੋ, ਨਸਰ ਸੁਣਦੇ ਹੋ, ਮੈਨੂੰ ਨਹੀਂ ਪਤਾ। ਮੈਂ ਉਂਝ ਹੀ ਪੜ੍ਹ ਰਿਹਾ ਜਿਵੇਂ ਮੈਂ ਪੜ੍ਹਦਾ। ਉਸ ਅੱਗੇ ਮੌਲਾ ਇਹ ਜਹਾਨ ਹਾਈ, ਅਲੀ ਫਰਮਾਇਆ ਨਹੀਂ। ਉਹ ਜਹਾਨ ਆਈ, ਮੌਲਾ ਫਰਮਾਇਆ ਨਹੀਂ। ਸੂਰਜ ਚੰਦ ਸਿਤਾਰੇ, ਅਲੀ ਫਰਮਾਇਆ ਉਹ ਵੀ ਕੋਈ ਨਹੀਂ। ਹਵਾ ਉਹ ਫਿਜ਼ਾ, ਅਲੀ ਫਰਮਾਇਆ ਉਹ ਵੀ ਕੋਈ ਨਹੀਂ। ਜੰਨਤ ਆਈ, ਅਲੀ ਫਰਮਾਇਆ ਉਹ ਵੀ ਕੋਈ ਨਹੀਂ। ਹੈਰਾਨ ਹੋ ਕੇ ਤੇ ਮੌਲਾ ਕੁਛ ਨਹੀਂ ਥਾ, ਮੌਲਾ ਫਰਮਾ ਰਹੇ ਨੇ ਇਹ ਜਿਹੜਾ ਤੂੰ ਆਖੇ ਨਾ ਕੁਛ, ਫਰਮਾਇਆ ਇਹ ਕੁਛ ਵੀ ਨਹੀਂ ਥਾ। ਉਸ ਕੇ ਮੌਲਾ ਕੁਛ ਵੀ ਨਹੀਂ ਥਾ, ਮੌਲਾ ਫਰਮਾ ਰਹੇ ਨੇ ਜਿਹੜਾ ਤੂੰ ਪਿਆਦੇ ਨੇ ਕੁਛ, ਇਹ ਕੁਛ ਵੀ ਨਹੀਂ ਥਾ। ਉਸ ਕੇ ਕੁਛ ਵੀ ਨਹੀਂ, ਮੌਲਾ ਫਰਮਾਇਆ ਕੁਛ ਵੀ ਨਹੀਂ। ਮੈਂ ਚਿਹਰੇ ਪੜਾਂਗਾ ਤੇ ਅਲੀ ਦਾ ਜਵਾਬ ਪੜ ਜਾਂਗਾ। ਉਸ ਕੇ ਮੌਲਾ ਕੁਛ ਵੀ ਨਹੀਂ, ਸਰਕਾਰ ਫਰਮਾਏ ਕੁਛ ਵੀ ਨਹੀਂ। ਉਸ ਕੇ ਜਬ ਕੁਛ ਨਹੀਂ ਥਾ ਤੋ ਆਪ ਰਹਤੇ ਕਹਾਂ ਥੇ, ਜਬ ਕੁਛ ਥਾ ਹੀ ਨਹੀਂ ਤੋ ਆਪ
رہتے کہاں تھے؟ جمعہ دا دن نے، مسجد دا سہم نے، میں اپنے لفظ دا ذمہ دار ہاں، باوضو کھڑا، امام دی عدالت کھڑا، امام زمانہ علیہ السلام نو حاضر ناظر جان کے فکرہ پڑھ ہو سکے۔ مولا جب کچھ نہیں تھا آپ رہتے کہاں تھے؟ علی نے فرمایا بس جہاں وہ رہتا تھا وہی ہم۔ اے ہیں اللہ دے نور تو خلق ہوئے، سمجھ آئی جے؟ اس کے مولا میرا سوال تو اپنی ہی جگہ تے رہ گیا، میرا تو سوال ہے آپ کب خلق ہوئے؟ مولا فرمائے تو کے سمجھ دے پہلے کون بنے؟ اس فوراً آکھے جی حضرت آدم علیہ السلام۔ مولا فرمایا سن، ان اللہ خالق آدم من التین والتین من الزبد وزبد من الموج والموج من البحر والبحر من الظلمہ وظلمہ من النور والنور من الحرف والحرف من الآیا وآیا من السورة وسورة من یاقوتا ویاقوتا من لا شے ولا شے من مشیت اللہ۔ عقیدہ بولے تو بولنا ورنہ چپ کر کے سن لو۔ علی فرمائے آدم پہلے نہیں بنے، آدم تین سے بنا، تین زبد سے بنا، زبد موج سے بنی، موج بحر سے بنی، بحر ظلمہ سے بنی، ظلمہ نور سے بنا، نور حرف سے بنا، حرف آیا سے بنی، آیا سورہ سے بنی، سورہ یاقوتا سے بنی، یاقوتا لا شے سے بنا، لا شے کو اللہ نے مشیت اللہ سے خلق کیا۔ پھر جناب امیر علیہ السلام نے اپنے سینے سے ہاتھ رکھ کے کہ نحنو مشیت اللہ، وہ اللہ کی مشیت، ہم اہل بیت۔ وہ اللہ کی مشیت، تھوڑا دل ہے مجلس واسطے تو میں پڑھتا۔ کئی بندے تو بالکل امانتن بیٹھے ہو، تھوڑا آواز مزید کھولو جی۔ جی میں تو گزارا کر جانا، میرے بعد بڑے سریلے لوگاں پڑھنے تو انہیں سپیکر تے گزارا نہیں کرنا، میں تو کر رہا جی۔ تو پھر تسی آکھو کہ شامی بھائی اج ذاکراں دا ککھ نہیں پڑھیا، تھوڑی جی توجہ کرو، تواڈے ساتھ نال ہی بسم اللہ پڑھا جائے گا۔ فرمایا اللہ کی مشیت ہم، اور یقین کرنا کائنات کچھ بھی نہیں۔ میں اپنے بزرگوں کا ایک فکرہ پڑھا، یقیناً کئی دفعہ سنے جی اتنے، کئی دفعہ ماہ رمضان دی 19 رمضان دی مجلس پڑھ کے جا چکے، انہوں نے روح دی تسکین دی خاطر انہوں کا فکرہ پڑھا، کچھ بھی نہ تھا، کچھ بھی نہیں تھا، نہ عرش نہ فرش نہ لوح نہ قلم نہ جنت نہ دوزخ نہ ہوا نہ فضا نہ جن نہ بشر نہ انسان نہ حیوان نہ چرند نہ پرند۔ چلو جو سمجھو تو لفظ آکھ لینا، نہ جبرائیل تھا نہ میکائیل تھا، نہ اسرافیل تھا نہ عزرائیل تھا، نہ صفی اللہ تھا نہ نجی اللہ تھا، نہ خلیل اللہ تھا نہ کلیم اللہ تھا، کچھ نہ تھا، بس وہ بنانے والا تھا اور یہ بننے والے تھے۔ اللہ اکبر یا رسول اللہ، سارے بولو بھائی یار، اللہم صلی اللہ علیہ وسلم۔ کچھ نئی کائنات اج محمد و اہل بیت محمد نور خدا خلق کیتا، اور خلق قدن کیتا ہے اہل بیت نور، خلق قدو۔ جناب امیر علیہ السلام نے فرمایا اللہ نے کائنات کی ہر چیز کی خلقت سے پہلے ہمارا نور خلق کیا 4,24,000 سال پہلے۔ سمجھ آ رہی جی؟ 4,24,000 سال پہلے۔ میں وہ گل کر کے نہ جاوا جڑی تسی بات چکھو پتہ نہیں کی پڑھیا، وہ کر جاوا جڑی یاد رہ جائے، یعنی حضرت آدم دی خلقت تو بھی 4,24,000 سال پہلے نور محمد و اہل بیت محمد خدا نے خلق کیتا۔ کچھ بھی نہیں،
कुछ भी नहीं। रात का वक्त ही पैगंबर खुदा खुतबा पढ़ रहे हैं, नाल जिब्राइल बैठे थे, अगे सहाबी बैठे। सुनना इस गल, बुजुर्ग जल्दी समझ जाएंगे, जवान भी अल्लाह करे पहुंच जा। हजूर खुतबा दे रहे हैं, वक्त रात शहन है मस्जिद, दाएं तरफ हजरत जिब्राइल बैठे। आओ जी बिस्मिल्लाह, अल्लाहुम्मा सल्ली अला मुहम्मद। मासूम दा फरमान है, जुम्मा दे दिन जो सब तो बड़ी इबादत है, मुहम्मद व अहले बैत मुहम्मद ते दरूद पढ़ना है। दरूद ता बुलंद आवाज नाल पढ़ो सारे अल्लाह। मैं गल करा अपनी, ये खत्म कर दे। रात का वक्त ही, रात तखलीक ते गल कर रहा अहले बैत की खिलकत। हजूर खुतबा दे रहे, दाएं तरफ जिब्राइल बैठे, सामने असहाब बैठे, और ऐन शबाब ते खुतबा है पैगंबर का। अचानक मस्जिद नबवी का दरवाजा खुले, जा खुले अफ अली इब्न अबी तालिब, तुआडे ते मेरे मौला अली अलैहिस्सलाम मस्जिद चा। एक बंदा बोल पवे, नमाजी बोल पवे, मेरे आने का हक अदा हो जाए। जैसे ही अली आए, फकाम जिब्राइल, जिब्राइल खड़ा हो गया। हजूर फरमाए, या जिब्राइल ले मा कुमता, तू क्यों उठे हैं? हाथ का इशारा करके आता जी, उस्ताद आ गई है ताजीम वाजिब। उस्ताद आ गया, ताजीम। जेड़े नहीं बोले, तुसी कदी नहीं की उस्ताद दी ताजीम। माँ बाप काफिर होवे ताजीम वाजिब है, मेहमान काफिर होवे ताजीम वाजिब है, उस्ताद जो भी है ताजीम वाजिब। उस जी उस्ताद तशरीफ ले, जवाहरुल असरार अनवार अलवी अरबी दी, ओ है उर्दू दी जवाहरुल असरार है, जाके खुद पढ़ लें। मैं नाम दस चुका, मत बाद जाखो कितों पढ़ के चला गया। हजूर मुस्कुरा के फरमाए, जिब्राइल क्या अली तुम्हारे उस्ताद है? याद रखना, पैगंबर दा ये सवाल इस गल दी दलील नहीं जो पैगंबर नूं पता नहीं। इल्म पैगंबर च है, सवाल पैगंबर कीता बे जिहड़े नाल बैठे ये सुन लैन, तो फिर गल चलदी जाए, तो अज मैं भी पढ़ लवा तो तुसी भी सुन लो। इन सिलसिला कयामत तक रहे पैगंबर ने सवाल। उस जी बिल्कुल अली मेरे उस्ताद। हजूर फरमाए, क्या सबक पढ़िए? ये मैं जानता, एना नू दस, तू अली तू के पढ़े? हो सके जी जो पढ़िया मैं तुम दसना। सरकार फरमाए की पढ़ी? हो सके लम्मा खालका ने अल्लाह ताला, जब अल्लाह ने मुझे खल्क किया था। ये तो मेरे खामोश मजमे ने भी पता लग गया, जिब्राइल गल उस दिन की कर रहे जिस दिन जिब्राइल खल्क होया है। उसके इधर मैं खल्क हुआ, तो नींदर तो नहीं आई हुई सही, इधर मैं खल्क हुआ, इधर खल्क होया, बस अल्लाह ने अल्लाह ताला, तो खुदा ने फौरन मुझ पे सवाल कर दिया, या जिब्राइल मन अना व मन अंता, मैं कौन तू कौन? उसका जी वाह या रसूल अल्लाह, कमाल हो गया, पैदा उस वक्त होया, खल्क उस वक्त होया, जात अहदियत ने सवाल कर दिता, मैं कौन तू कौन है? पता मैनु कुछ नहीं, तो मैं तो आख दिता जी मैं आते तू तू मैं आते तू। किबला अज़र हसन ज़ैदी साहब किबला का फिक्र है, ए तू तू मैं पहले दिहाड़े शुरू हो गई है। कदी मैं तू तू उसके टुरन लगा, अल्लाह फिर रोक द जिब्राइल, एक मिनट रोक, मैं पूछिए मैं कौन तू कौन? उसके इतना हूं समझ आ गई, जेड़ा अगे जवाब दिता है वह गलत है। ठीक होंदा अल्लाह वो सवाल दोबारा ना दोहरा, अल्लाह ने दोबारा सवाल दोहराया, मैंने यकीन हो गया जवाब गलत है, तो मेरे को भी जवाब कोई नहीं, मैं जवाब बदला, मैं फिर आख दिता जी अना अना व अंत अंत मैं तू तू।
ਉਸਾ ਕਿ ਅੱਲਾ ਤੀਸਰੀ ਦਫ਼ਾ ਫਿਰ ਪੁੱਛ ਲਿਆ ਜਬਰਾਈਲ, ਮੈਂ ਪੁੱਛਿਆ ਮੈਂ ਕੌਣ ਆ ਤੂੰ ਕੌਣ? ਉਸਾ ਕਿ ਹੁਣ ਯਕੀਨ ਹੋ ਗਿਆ ਜਵਾਬ ਗਲਤ ਤੇ ਹੋਰ ਹਾਈ ਕੋਈ ਨਹੀਂ ਜਵਾਬ ਤੇ ਜਵਾਬ ਬਦਲਾ। ਮੈਂ ਵੀ ਹੋਸ਼ ਹਵਾਸ ਇਕੱਠੇ ਕਰ ਲਏ ਜੋ ਅੱਲਾ ਦੇ ਸਵਾਲ ਦੇ ਜਵਾਬ ਵਿੱਚ ਫਿਰ ਉਹ ਜਵਾਬ ਤੇ ਦੇਵਾਂ। ਯਾ ਇਜ਼ਾ ਨੋ ਦੀ ਤੋ ਮੈਨ ਖਲਫੀ, ਪਿਛਲੀ ਤਰਫ ਸੇ ਇੱਕ ਆਵਾਜ਼ ਮੇਰੇ ਕਾਨੋਂ ਸੇ ਟਕਰਾਈ। ਜਬਰਾਈਲ ਜਿਹੜਾ ਅੱਲਾ ਸਵਾਲ ਕੀਤੇ ਜਵਾਬ ਮੈਂ ਤੂੰ ਤੂੰ ਨਹੀਂ ਬਲਕਿ ਅੱਲਾ ਨੂੰ ਆਖ ਤੂੰ ਜਲੀਲ ਪਰਵਰਦਿਗਾਰ, ਮੈਂ ਹਕੀਰ ਜਿਹਾ ਬੰਦਾ। ਉਸ ਅੱਗੇ ਉਦੋਂ ਆਵਾਜ਼ ਆਈ, ਮੈਂ ਸੁਣਿਆ, ਮੈਂ ਫੌਰਨ ਬੋਲਿਆ ਤੂੰ ਜਲੀਲ ਪਰਵਰਦਿਗਾਰ, ਮੈਂ ਤੇਰਾ ਹਕੀਰ ਜਿਹਾ ਬੰਦਾ। ਫਿਰ ਅੱਲਾ ਨੇ ਮੇਰੇ ਤੇ ਸਵਾਲ ਨਾ ਕੀਤਾ, ਮੈਨੂੰ ਯਕੀਨ ਹੋ ਗਿਆ ਮੈਂ ਹੁਣ ਪਾਸ ਹੋ ਗਿਆ। ਲੇਕਿਨ ਕੁਝ ਦੇਰ ਤੋਂ ਬਾਅਦ ਜ਼ਮੀਰ ਆਖਿਆ ਪਿੱਛਾ ਵੇਖ ਤੇਰਾ ਮੋਸ਼ਰ ਕੌਣ ਹੈ। ਮੁੜ ਕੇ ਦੇਖ ਤੇਰਾ ਮੋਸ਼ਰ। ਯਾ ਰਸੂਲ ਅੱਲਾ ਤੁਹਾਡੀ ਰਿਸਾਲਤ ਦੀ ਕਸਮ, ਲੰਮਾ ਰਾਏ ਤੋ ਖਲਫੀ, ਜਬ ਮੈਨੇ ਪਿੱਛੇ ਮੁੜ ਕੇ ਦੇਖਾ ਫਅਲੀ ਇਬਨੁ ਅਬੀ ਤਾਲਿਬ। ਮੈਂ ਮਜਲਿਸ ਪੜ੍ਹ ਲਈ, ਮੈਂ ਮੁਤਮਿਨ ਜਾ ਰਿਹਾ, ਮੈਂ ਇਸੇ ਨਹੀਂ ਮਜਲਿਸ ਸਮਝਦਾ। ਫਅਲੀ ਇਬਨੁ, ਜਬ ਮੈਨੇ ਮੁੜ ਕੇ ਦੇਖਾ ਤੋ ਪਿੱਛੇ ਹਜ਼ਰਤ ਅਲੀ ਅਲੈਹਿਸ ਸਲਾਮ ਖੜੇ ਥੇ। ਇਹ ਹੁਣ ਤੁਹਾਨੂੰ ਵੀ ਲੱਗ ਗਿਆ ਪਤਾ ਬਈ ਜਬਰਾਈਲ ਦੀ ਖਿਲਕਤ ਤੋਂ ਵੀ ਪਹਿਲੇ ਅਮੀਰ ਉਲ ਮੋਮਿਨੀਨ ਮੌਜੂਦ ਹਨ। ਮੌਜੂਦ ਹੈ ਤੋ ਜਵਾਬ ਦੇ ਦਿੱਤਾ। ਆਖਰੀ ਲਫ਼ਜ਼ ਹਜ਼ੂਰ ਫਰਮਾਏ ਤੋਂ ਪਤਾ ਲੱਗ ਗਿਆ ਅਲੀ ਤੇਰੇ ਤੋਂ ਪਹਿਲੇ ਆਈ। ਹੁਣ ਇਹ ਦੱਸ ਤੇਰੀ ਉਮਰ ਕਿਤਨੀ ਹੈ? ਬੈਠੇ ਹੋ ਚਲੇ ਗਏ, ਤੇਰੀ ਉਮਰ ਕਿਤਨੀ? ਤੱਕ ਇਹ ਵੀ ਪਤਾ ਚੱਲ ਜਾਏ ਅਲੀ ਤੇਰੇ ਤੋਂ ਪਹਿਲੇ ਕਿਤਨਾ ਅਰਸਾ ਤੋਂ ਮੌਜੂਦ ਹੈ। ਹੋ ਸਕਦਾ ਜੀ ਜਿਹੜੀ ਉਮਰ ਵਾਲੀ ਗੱਲ ਹੈ ਮੈਂ ਗੱਲ ਸੁਣਾ ਦਿੰਦਾ, ਗੱਲ ਆਪ ਕੱਢ ਲਓ। ਹਜ਼ੂਰ ਫਰਮਾਏ ਕਿਤਨੀ ਉਮਰ ਹੀ? ਹੋ ਸਕਦਾ ਇਨਾ ਨਜਮਨ ਯਤਲਾ ਵਾਲਾ ਸਾਕਿਲ ਅਰਸ਼ ਬਾਦ ਸਲਸੀਨ ਅਲਫ ਆਮਿਨ ਵਕਦ ਰਾਏ ਤਹੂ ਸਲਸੀਨ ਅਲਫ ਮਰਰਾ। ਇੱਕ ਸਿਤਾਰਾ ਅਰਸ਼ ਦੇ ਕਿਨਾਰੇ ਤੇ 30,000 ਸਾਲ ਤੋਂ ਬਾਅਦ ਇੱਕ ਵਾਰੀ ਤਲੂ ਕਰਦਾ ਹੈ ਤੇ ਮੈਂ 30,000 ਮਰਤਬਾ ਵੇਖ ਬੈਠਾ। ਹਲਾ ਲਵਿਆ ਥੋੜਾ ਥੋੜਾ ਸਿਰ, ਕੁਝ ਨਹੀਂ ਆਉਂਦਾ। ਕਿਤਨੀ ਉਮਰ ਹੈ? 30,000 ਸਾਲ ਤੋਂ ਬਾਅਦ ਸਿਤਾਰਾ ਅਰਸ਼ ਤੇ ਤਲੂ ਕਰਦਾ, ਮੈਂ 30,000 ਮਰਤਬਾ ਵੇਖ ਚੁੱਕਾ। ਹਜ਼ੂਰ ਫਰਮਾਉਂਦੇ ਨੇ ਕੋਈ ਹੋਰ ਹੈ ਜਿਹੜਾ ਤੇਰੇ ਤੋਂ ਪੁਰਾਣਾ ਹੋਵੇ? ਹੋ ਸਕਦਾ ਜੀ ਮੈਕਾਇਲ ਜਿਹੜਾ ਉਹ ਮੇਰੇ ਤੋਂ ਵੀ ਪੁਰਾਣਾ ਜੀ। ਰਹਿਮਤ ਦੁ ਆਲਮ ਨੇ ਮੈਕਾਇਲ ਨੂੰ ਬੁਲਾ ਕੇ ਪੁੱਛਿਆ ਕਿਤਨੀ ਉਮਰ ਹੈ? ਹੋ ਸਕਦਾ ਜੀ 60,000 ਸਾਲ ਬਾਅਦ। ਯਾ ਅਲੀ ਸਿਤਾਰਾ ਅਰਸ਼ ਤੇ ਤਲੂਕ ਕਰਦਾ, ਮੈਂ 60,000 ਮਰਤਬਾ ਵੇਖਿਆ। ਹਜ਼ੂਰ ਫਰਮਾਇਆ ਕੋਈ ਹੋਰ ਹੈ ਜਿਹੜਾ ਤੁਸੀਂ ਦੋ ਤੋਂ ਵੀ ਪੁਰਾਣਾ ਹੋਵੇ? ਉਹਨਾਂ ਕਹੀ ਇਸਰਾਫੀਲ। ਨਬੀ ਨੇ ਉਸ ਨੂੰ ਬੁਲਾ ਕੇ ਪੁੱਛਿਆ ਕਿਤਨੀ ਉਮਰ ਹੈ? ਉਸ ਕਹੇ ਜੀ 90,000 ਸਾਲ ਤੋਂ ਬਾਅਦ ਸਿਤਾਰਾ ਅਰਸ਼ ਤੇ ਤਲੂਕ ਕਰਦਾ, ਮੈਂ 90,000 ਮਰਤਬਾ ਵੇਖ ਬੈਠਾ। ਜਾਂ ਬੋਲੋਗੇ ਜਾਂ ਚੁੱਪ ਕਰ ਜਾਓਗੇ। ਸਰਕਾਰ ਫਰਮਾਇਆ ਕੋਈ ਹੋਰ ਜਿਹੜਾ ਤੁਸੀਂ ਤ੍ਰੈ ਤੋਂ ਪੁਰਾਣਾ ਹੋਵੇ? ਉਹਨਾਂ ਕਹੇ ਜੀ ਜਿਹੜਾ ਮਲਿਕਲ ਮੌਤ ਨਹੀਂ, ਉਹ ਸਾਡੇ ਤੋਂ ਵੀ ਜ਼ਿਆਦਾ ਪੁਰਾਣਾ ਜੀ। ਮਲਿਕਲ ਮਾਓ ਸਾਡੇ ਤੋਂ ਵੀ ਜ਼ਿਆਦਾ ਪੁਰਾਣਾ। ਬੰਦੇ ਮਾਸ਼ਾਅੱਲਾ ਕਈ ਸਹਿ ਵੀ ਗਏ ਤੇ ਨਾਲ ਸੁਣ ਵੀ ਰਹੇ। ਮਲਿਕਲ ਮਾਓ ਸਾਡੇ ਤੋਂ ਵੀ ਜ਼ਿਆਦਾ ਪੁਰਾਣਾ। ਹਜ਼ੂਰ ਨੇ ਮਲਿਕਲ ਮੌਤ ਨੂੰ ਵੀ ਬੁਲਾ ਲਿਆ। ਜਾਗਣਾ ਜ਼ਰਾ, ਜਿਸ ਦਾ ਮਲਿਕਲ ਮੌਤ ਤੇ ਵੀ ਹੁਕਮ ਚੱਲਦਾ ਹੋਵੇ। ਮਲਿਕਲ ਮੌਤ ਨੂੰ ਬੁਲਾ ਕੇ ਸਰਕਾਰ ਪੁੱਛੇ ਤੇਰੀ ਕਿਤਨੀ ਉਮਰ ਹੈ? ਉਸ ਅੱਗੇ 1,20,000 ਸਾਲ ਤੋਂ ਬਾਅਦ ਸਿਤਾਰਾ ਅਰਸ਼ ਤੇ ਜ਼ਾਹਿਰ ਹੋ, ਮੈਂ 1,20,000 ਮਰਤਬਾ ਦੇਖ ਮੁਤਮਿਨ ਜਾ ਰਿਹਾ। ਮੇਰੀ ਗੱਲ ਤੁਹਾਡੇ ਤੱਕ ਪਹੁੰਚ ਗਈ? ਸਰਕਾਰ ਫਰਮਾਏ ਕੋਈ ਹੋਰ ਜਿਹੜਾ ਤੁਸੀਂ 4 ਤੋਂ ਵੀ ਪੁਰਾਣਾ ਹੋਵੇ? ਉਸ ਅੱਗੇ ਜੀ ਉਹ ਜਿਹੜਾ ਰੂਹ ਨਹੀਂ, ਰੂਹ ਤਨਜ਼ਲੁਲ ਮਲਾਇਕਤੇ ਵਰ ਰੂਹ, ਉਹ ਜਿਹੜਾ ਰੂਹ ਹੈ ਜਿਹੜਾ ਸ਼ਬੇ ਕਦਰ ਵਿੱਚ ਖੈਰ ਉਹ ਬਰਕਤ ਲੈ ਕੇ ਉਤਰਦਾ। ਫਰਮਾਉਂਦੇ ਨੇ ਉਹ ਸਾਡੇ ਤੋਂ ਵੀ ਪੁਰਾਣਾ। ਸਰਕਾਰ ਉਸ ਨੂੰ ਬੁਲਾ ਕੇ ਪੁੱਛੇ ਕਿਤਨੀ ਉਮਰ ਹੀ? ਹੋ ਸਕੇ ਜੀ 2,00,000 ਸਾਲ ਤੋਂ ਬਾਅਦ ਸਿਤਾਰਾ ਅਰਸ਼ ਤੇ ਜ਼ਾਹਿਰ ਹੁੰਦਾ, ਮੈਂ 2,00,000 ਮਰਤਬਾ ਦੇਖ ਚੁੱਕਾ। ਹੁਣ ਤੁਹਾਡੇ ਚਿਹਰੇ ਮੈਂ ਵੇਖਾਂ, ਗੱਲ ਦੁਹਰਾਵਾਂ ਤੇ ਸਲਾਮ ਕਰਾਂ। ਜਬਰਾਈਲਾ ਦੇ 30,000, ਮਿਕਾਇਲਾ ਦੇ 60,000, ਇਸਰਾਫੀਲਾ ਦੇ 90,000, ਮਲਿਕਲ ਮੌਤ ਦੇ 1,20,000, ਰੂਹਾਂ ਦੇ 2,00,000 ਮਰਤਬਾ। ਪੈਗੰਬਰ ਖੁਦਾ ਮੁਸਕਰਾ ਕੇ ਫਰਮਾਉਂਦੇ ਨੇ ਜਬਰਾਈਲ, ਮਿਕਾਇਲ, ਇਸਰਾਫੀਲ, ਇਜ਼ਰਾਈਲ ਤੇ ਰੂਹ, ਅਗਰ ਉਹ ਵਾਲਾ ਸਿਤਾਰਾ ਮੈਂ ਮੁਹੰਮਦ ਯਹੀ ਦਿਖਾਉਂ ਪਹਿਚਾਨ ਲੋਗੇ।
والا ستارہ، میں محمد مصطفیٰ ہون وکھاواں، اتھے وکھاواں، پہچان لوگے بھائی اک زبان، اللہ دے سارے ملائک بول پے، پیغمبر خدا دے قدمہ دے بہ کے ہاتھ جوڑ کے جی چیز ایک دفعہ دیکھی جائے او نہیں بھول دی، حافظہ ٹھیک ہوئے تا شاہ ایک ویری ویکھی جائے بھول دی نہیں، میں 30,000 مرتبہ، میں 60,000 مرتبہ، میں 90,000 مرتبہ، سارے کام میرے بارے کر لویا جی، میں 1,20,000 مرتبہ، روح آدھے میں 2,00,000 مرتبہ دیکھ چکا، پیغمبر فرمایا یقین ہے پہچان لوگے، کوئی تو مسکرائے گا، انہاں کجی پہچان لگے، پیغمبر سجا ہاتھ بلند کر کے فرمائے قوم یا علی، علی اٹھو، سارے بولنا ہے دریا علی اٹھو، ادو علی علیہ السلام کھڑے ہو گئے، ادو خود پیغمبر خدا کھڑے ہو گئے، پھر فرمائے تقدم یا علی، علی قدم بڑھاؤ، ادو علی نے قدم بڑھایا، ادو نبی نے قدم بڑھایا، قریب جا کے فتصل جبین ہو بے جبین علی ابن ابی طالب، پیغمبر نے اپنی پیشانی علی دی پیشانی نال ملائی، جیسے مثبت اور منفی کی تارے ملے تو چمک پیدا ہوتی ہے، رحمت للعالمین دی پیشانی قاتل المشرکین دی پیشانی نال مل گئی، طالع نور، ایک نور پیدا ہوا، ذهب الى السماء، آسمان پہ گیا، سارا نجمن ستارہ بن گیا، پیغمبر نے فرمایا اچھا اگر یاد ہے تو غور سے دیکھو یہ وہی ستارہ تو نہیں، اگر یاد ہے تو غور سے دیکھو یہ وہی ستارہ تو نہیں، بھائی اک زبان، اللہ دے سارے ملائک نے اقرار کیتا تواڈی نبوت تے یا علی تواڈی ولایت دی قسم، یہی ہے وہ ستارہ جسے عرش پہ ہم دیکھ چکے، کچھ بھی نہیں تھا، یہ تھے، مندے ہو تو ٹھیک ہے، تے پھر یاد رکھنا کچھ بھی نہیں ہوگا، جو سمجھ گئے ہو، کچھ نہیں تھا یہ تھے، کچھ نہیں ہوگا یہ ہوں گے، ہر چیز نو فنا ہے سوائے اللہ دے چہرے تے، یہ عقیدہ تواڈے ساڈے مذہب دی بنیاد ہے، اساس ہے کہ اللہ نے اپنی معرفت دی خاطر جس نو سب تو پہلے پیدا کیتا ہے وہ محمد و اہل بیت محمد، سب تو پہلے جو خلق ہوئے محمد و اہل بیت محمد، بیٹا بیٹھ جو بس، اللہ تعالی عبادت قبول فرمائے، یوم جمعہ ہے اور مجلس سے بیٹھے ہو، دعا کیتی کرو اللہ صاحب جمعہ دے ظہور تاجیل فرمائے، خدا امام دا انتظار کرن دی اور مولا دا رستہ ہموار کرن دی توفیق عطا فرمائے، ایسا کردار اپنان دی کوشش کرو جس دی وجہ تو ظہور امام تاجیل ہو جائے، تین سیدزادیاں ایسیاں ہیں جنہاں دا خون اج تک بند نہیں ہوئے، مجلس ہو چکی ہے، ایک قضادار دی ایک ہائے نال، ایک بندے دی ایک ٹھنڈے سانس نال مجلس ہو جاتی، تین سیدزادیاں اتنی زخمی ٹرین جنہاں دا خون بند نہیں ہو سکیا، میں ایک ایک لفظ پڑھا تے میں ایک وینٹ، پہلی بی بی جدہ خون بند نہیں ہویا اتنی زخمی، او ہے محمد مصطفیٰ علی دی جدے پہلو دا خون آج تک بند نہیں ہو سکتا، اللہ تعالی عبادت قبول فرمائے، اور صاحب بہار الانوار نے جملہ لکھے ہے، اتنی زخمی آئی محمد تھی جو علی سات چادر کفن پوایا، سات چادر دا کفن،
हालांकि जमाने तक निगाह करो कफन एक चादर था। मौला दे किसी सहाबी पूछे मौला पाक रसूल दी शरीयत दा हुक्म है कफन एक चादर दो तुसी नबी जादी नु सात चादरां दा कफन क्यों दिता। जुमला सुनो गे शायद तुहाडी भी हाय निकल जाए। अली फरमाया सात चादरां इस वास्ते दित्तियां जो बतूल दियां त्रै पसलियां त्रुट गईयां और पासे तो खून बंद नहीं होगा। मैं एक चादर रखदा ही रंग बदलदा ही मैं दूसरी रखदा ही रंग बदल दिया ही। सात चादर दे के अली फरमाया ज़हरा बाबे दे सामने अली दी शिकायत ना करे। ये पहली बीबी है जिदे पहलू दा खून आज तक बंद नहीं हो सके। मैं एक जुमला पढ़े मेरे दो जुमले बाकी रहे तुसी मैं वेखो तो मैं बड़ी जल्दी मिंबर छोड़ा। दूसरी बीबी जिसका खून बंद नहीं होया वो है मौला अली दी बेटी ते सर दा खून आज तक बंद नहीं हो सका। जेड़े रोन आए उन्हें बस गल है जेड़े मजलिस वेखण आए तुसी अपनी मजलिस वेखो तो मैं जुमला गुरबत दा पढ़ा। इमाम सज्जाद 35 साल एक बंदे दा ना चाके नमाज कनूत दी हालत च लानत कर दिया। नाम हारिस इब्ने नौफल आई एक बंदे पूछिया मौला होर भी तो कातिल हन इहदा ना चाके लानत क्यों कर दे हो। रात वध गई इमाम दी फरमाया ए ओ बेगैरत है जै शाम तई मेरी मां नूं समण लाई दिता इस जालिम ने शाम तक मेरी मां नूं सौण ना फिरावां दी मुक्की हुई सैण दी शाम दे राह च अख लगी। मैं किवें करके लफ्ज़ समझावां ते कितने डर के लफ्ज़ पढ़ा कितने अदब च गुजर जावा। इसी हारिस बिन नौफल मलाउन दी लानत होवे इस ते नज़र पै गई बे अली दी धी दी तो अख लग गई। मैं माफ कर देना लफ्ज़ मुतबादल कोई नहीं इस जालिम ने हाथ च कोई वजनी शाय छा ली इस जाके फिर इन जगाया मौत दी हिचकी तई सर दा खून बंद नहीं हो आखरी साह तक बीबी दे सर दा खून बंद। अगर होवे रोवण वास्ते थोड़ा जिहा होर दिल ते फिक्रा हो रखा। पहली बीबी ए मुहम्मद मुस्तफा दी बेटी पहलू दा खून अज भी जारी। दूसरी बीबी ए जनाब अली दी बेटी सर दा खून अज भी जारी। मैं नहीं पता कितने सैयद हो जड़े लफ्ज समझोगे। तीसरी ए इमाम हुसैन दी 4 साल दी थी ते कन्ना च खून आज तक जारी। कन्ना च खून आज तक। हिंदुस्तान दे एक बहुत बड़े मसाइब खान गुजर गए आ गए महदी लखनवी। कोई मेहनत करे तो सुन ले करो आ गए महदी लखनवी। उन्हें किताब लिखी है जनाबे मासूमा दे दुखत। उसने सारी जिंदगी इमाम हुसैन दी 4 साल दी धी दे दुख पढ़ा ते पढ़ पढ़ के वो दुख पढ़ के मर गया। उस एक रिवायत लिखी है और रिवायत सुनो ते मैं मिंबर छोड़ बाबे दी मकतल च इन जालिमा ने 4 साल दी सही आजादी दे हाथ इत्थे बन दी तुर पई बाबे दी मकतल चो। शाम तू पहले एक जगह ते सैयदां दे काफले कयाम कीते बदे हत्था नाल जिथे बैठा सी ना रत रोंदा भिरा सामने आके तुसी ना समझे इमाम भैन समझ गई तो मेरे वास्ते काफी है। इमाम सज्जाद दे सामने आके दिए तेरी इमामत दी कसम है मैनु इतना जगाया ने मेरी नजर मुक गई है सज्जाद मैं हूँ नजर कुछ नहीं। इमाम रो के फरमेदन मासूमा के आखड़ा चाहते बीबी आदि नजर थोड़ा आंदा है हड्डियां पानी बन गई प्यास की वजह तो जान निकलना। इमाम है अगर देवे हुक्म और सामने एक छोटा जहा दरख्त है दरख्त दे तले थोड़ा जहा साया है जे होवे तेरी इजाजत मैं जाके लाजा संपवा। मिन्नत नहीं दिल करे रोना वरना मैं पढ़ लिया जरा पढ़ लिया। इमाम ने दे दी इजाजत इत्थे हाथ बदे हुए। किताब का नाम है सकीना बिनतुल हुसैन। मत आखो फिर कितों पढ़ी इस रिवायत सकीना बिनतुल हुसैन
ਉਹਨਾਂ ਜੁਮਲਾ ਲਿਖੇ ਬੱਧੇ ਹੱਥਾਂ ਨਾਲ ਬੀਬੀ ਉਸ ਸਾਏ ਦੇ ਖੋਲ ਆਈ ਅਰਕਾਂ ਦੇ ਨਾਲ ਚਾਰ ਸਾਲ ਦੀ ਸਹੀ ਆਜ਼ਾਦੀ ਰੇਤ ਤੇ ਛੋਟਾ ਜਿਹਾ ਤਕੀਆ ਬਣਾਇਆ ਹਾਏ ਕਰਕੇ ਰੋਣ ਲਿਓ ਨਾ ਰੱਖਿਆ ਸੱਜਾ ਰੁਖ ਸਾਰਾ ਨਾ ਰੱਖਿਆ ਖੱਬਾ ਰੁਖ ਸਾਰਾ ਜਿਵੇਂ ਨਮਾਜ਼ੀ ਸਜਦੇ ਚ ਬਹਿੰਦਾ ਹੈ ਚਾਰ ਸਾਲ ਦੀ ਸਹੀ ਆਜ਼ਾਦੀ ਰੱਖੀ ਪੇਸ਼ਾਨੀ ਪਤਾ ਨਹੀਂ ਖੁਦਾ ਦੀ ਤਸਬੀਹ ਦੀ ਖਾਤਰ ਰੱਖੀ ਇਬਾਦਤ ਦੀ ਖਾਤਰ ਰੱਖੀ ਇਦੋਂ ਪੇਸ਼ਾਨੀ ਰੱਖੀ ਉਦੋਂ ਮੇਰੀ ਸਹਿਣ ਦੀ ਅੱਖ ਲੱਗ ਗਈ ਮੇਰੀ ਜ਼ਾਕਰੀ ਨਾ ਵੇਖਣਾ ਮੇਰੀ ਕਿਹੜੀ ਹਸੀਅਤ ਔਕਾਤ ਹੈ ਬੀਬੀ ਦੇ ਦੁੱਖ ਤੇ ਹਾਏ ਕਰਨਾ ਤੇ ਕਰਨਾ ਜਿਵੇਂ ਜਨਾਜ਼ੇ ਤੇ ਕਰਨੀ ਚਾਹੀਦੀ ਉਹਨਾਂ ਲਿਖਿਆ ਇਦੋਂ ਅੱਖ ਲੱਗੀ ਏ ਤੇ ਬੇਗੈਰ ਇਤਨੀ ਜਲਦੀ ਕਾਫਲਾ ਉਠਾਇਆ ਫਿਰਾ ਟੁਰ ਗਿਆ ਭੈਣ ਜੰਗਲਾ ਚ ਕੱਲੀ ਰਹਿ ਮਰਹਬਾ ਰੋਣ ਲਿਓ ਮਰਹਬਾ ਰੋਣਾ ਛਲ ਕਹਿ ਦੁੱਖ ਚ ਨਾ ਰੋ ਫਿਰਾ ਟੁਰ ਗਿਆ ਭੈਣ ਜੰਗਲਾਂ ਚ ਬੋਲੋ ਕੱਲੀ ਕੁਛ ਫਾਸਲੇ ਤੋਂ ਬਾਅਦ ਖੋਲੀ ਬੇਗੈਰਤ ਖੋਲ ਇਮਾਮ ਹੁਸੈਨ ਅਲੈਹਿ ਸਲਾਮ ਦੇ ਕੱਟੇ ਹੋਏ ਸਰ ਦੀ ਸਾਂਗ ਤੱਲੇ ਸਾਂਗ ਉੱਤੇ ਬੇਤਰਤੀਬ ਕੱਟਿਆ ਸਰ ਬੇਗੈਰਤ ਦੇ ਥੋੜ੍ਹਾ ਜਿਹਾ ਫਾਸਲਾ ਗੁਜ਼ਰੇ ਧੀਆਂ ਰੱਖਣ ਵਾਲੇ ਜ਼ਰਾ ਤੁਸੀਂ ਸਮਝਾਏ ਅਦੇ ਮੇਰੇ ਹੱਥ 'ਚ ਸਾਂਗ ਜ਼ਮੀਨ 'ਚ ਲਹਿ ਗਈ ਨਵਾਂ ਤੁਹਾਡੇ 'ਚ ਕੋਈ ਨਹੀਂ ਮਾਂ ਦੀਆਂ ਝੋਲੀਆਂ ਲਾ ਸੁਣਦੇ ਆਏ ਹੋ ਜ਼ਾਲਿਮਾਂ ਦੇ ਮੈਂ ਜ਼ੋਰ ਲਾਇਆ ਸਾਂਗ ਨਹੀਂ ਨਿਕਲੀ ਅਦੇ ਜਦਾਂ ਮੈਂ ਉੱਤਾਂ ਵੇਖਿਆ ਤਾਂ ਚੁੰਝ ਨੇਜ਼ੇ ਤੇ ਅਕਬਰ ਦੇ ਬਾਬੇ ਦਾ ਸਰ ਕਦੀ ਸੱਜੇ ਫਿਰਦਾ ਹੀ ਮੈਂ ਸ਼ਾਇਦ ਨਹੀਂ ਸਮਝਾ ਸਕਿਆ ਤੁਹਾਨੂੰ ਕਦੀ ਅਕਬਰ ਦੇ ਬਾਬੇ ਦਾ ਸਰ ਖੱਬੇ ਫਿਰਦਾ ਹੈ ਕਦੀ ਮੌਲਾ ਸਾਹਮਣੇ ਵੇਖਦੇ ਨੇ ਕਦੀ ਪਿੱਛਾ ਵੇਖਦੇ ਨੇ ਜਿਵੇਂ ਗਰੀਬ ਕੋਈ ਸ਼ੈ ਲੱਭਦਾ ਵਦਾ ਹੋਵੇ ਮੁੜ ਜ਼ੋਰ ਲਾਇਆ ਸਾਂਗ ਨਹੀਂ ਨਿਕਲੀ ਜਲੇ ਵਸ ਨਹੀਂ ਲੱਗਿਆ ਸਾਂਗ ਛੋੜ ਕੇ ਹਜ਼ਰਤ ਅਲੀ ਜ਼ੈਨੁਲ ਆਬਦੀਨ ਕੋਲ ਆ ਗਿਆ ਮੈਨੂੰ ਮਾਫ਼ ਕਰਨਾ ਮਾਤਮੀ ਹੋ ਹੁਸੈਨ ਦੇ ਅਜ਼ਾਦਾਰ ਹੋ ਮੇਰੇ ਕੋਲ ਜੁਮਲਾ ਹੈ ਕੋਈ ਨਹੀਂ ਇਸ ਇੰਜ ਜਾ ਪੁੱਛਿਆ ਬਿਮਾਰ ਦੇ ਕੱਪੜਿਆਂ ਦਾ ਰੰਗ ਤਬਦੀਲ ਹੋ ਗਿਆ ਤੁਹਾਡੀ ਹਾਏ ਨਿਕਲੀ ਇਮਾਮ ਫਰਮਿੰਦਰ ਮੈਨੂੰ ਕਿਉਂ ਮਾਰਿਆ ਜ਼ਾਲਿਮਾ ਦੇ ਮੈਂ ਜ਼ੋਰ ਲਾਇਆ ਤੇਰੇ ਬਾਬੇ ਦੀ ਸਾਂਗ ਨਹੀਂ ਤੁਰਦੀ ਦੱਸ ਤੇਰਾ ਬਾਬਾ ਕਿਉਂ ਨਹੀਂ ਟੁਰਦਾ ਯਕੀਨਨ ਤੂੰ ਜਾਣਦਾ ਪੁੱਛ ਆਪਣੇ ਬਾਬੇ ਤੋਂ ਮਿੱਟੀ ਤੇ ਬੈਠੇ ਹਨ ਸਾਂਗ ਉੱਥੇ ਇਮਾਮ ਇੱਥੋਂ ਬਹਿ ਕੇ ਇਸ਼ਾਰੇ ਬਾਬਾ ਮੇਰੀ ਕੰਡ ਤੇ ਖਾਲੀ ਜਾ ਕੋਈ ਬਾਬਾ ਕਿਉਂ ਨਹੀਂ ਟੁਰਦੇ ਮਜ਼ਲੂਮ ਕਾਇਨਾਤ ਫਿਰ ਨਹੀਂ ਬੋਲੇ ਸਾਂਗ ਤੇ ਸਰ ਚੱਕਰ ਚਲੇ ਇਮਾਮ ਸੱਜਾਦ ਵੇਖਿਆ ਬਾਬਾ ਜਵਾਬ ਨਹੀਂ ਦਿੰਦੇ ਇਮਾਮ ਉੱਠੇ ਜਿਸ ਉੱਠ ਤੇ ਸਵਾਰ ਹੀ ਨਾ ਅਲੀ ਦੀ ਬੇਟੀ ਮੌਲਾ ਜਾ ਕੇ ਅਦਨ ਅੰਮਾ ਜ਼ਰਾ ਪਹਿਲੇ ਮੇਰੇ ਕੱਪੜਿਆਂ ਦੀ ਹਾਲਤ ਵੇ ਤੁਸੀਂ ਥੱਕ ਗਏ ਹੋ ਜਾਂ ਅਮੀਰ ਬਣ ਗਏ ਹੋ ਅੰਮਾ ਮੈਨੂੰ ਬੜਾ ਮਾਰਿਆ ਨੇ ਹੁਣ ਕੰਢ ਤੇ ਖਾਲੀ ਜਾ ਕੋਈ ਨਹੀਂ ਬੀਬੀ ਆਦੀ ਕਿਉਂ ਮਾਰਿਆ ਨੇ ਅੰਮਾ ਤੇਰਾ ਭਿਰਾ ਨਹੀਂ ਟੁਰਦਾ ਮਹਮਲ ਤੇ ਬਹਿ ਕੇ ਮੈਂ ਅਦਬ ਨਾਲ ਆਖਿਆ ਮਹਮਲ ਤੇ ਬਹਿ ਕੇ ਅਲੀ ਦੀ ਧੀ ਫਰਮਾਇਆ ਹੁਸੈਨ ਉਸ ਵੇਲੇ ਟੁਰਨਾ ਜਦੋਂ ਮੇਰਾ ਆਖਰੀ ਸਹਾਰਾ ਮਰ ਗਿਆ ਹੁਸੈਨ ਕਿਉਂ ਨਹੀਂ ਟੁਰਦੇ ਭੈਣ ਪੁੱਛੀਏ ਕਿਉਂ ਨਹੀਂ ਟੁਰਦੇ ਤੱਸੇ ਲੱਭ ਹਲਕ ਅੰਮਾ ਦੀ ਜਾਈ ਦਾ ਮੁਹਰਮ ਡੀਗਿਰ ਦਾ ਵੇਲਾ ਸਰ ਤੂੰ ਪੈਰਾਂ ਤਾਈਂ ਮੈਂ ਜ਼ਖਮੀ ਤੈਨੂੰ ਆਖਰੀ ਵਿਧੇ ਵਾਸਤੇ ਮਿਲਣ ਆਇਆ ਈ ਜਿਹੜੇ ਨਹੀਂ ਸਮਝੇ ਫਰਮਿੰਦੇ ਨੇ ਮੈਂ ਇਕੱਲਾ ਤਾਂ ਨਾ ਹੀ ਆਇਆ ਮੈਂ ਇੱਕ ਚਾਰ ਸਾਲ ਦੀ ਧੀ ਲੈ ਕੇ ਆਇਆ ਈ ਮੈਂ ਤੇਰੀ ਛੋਲੀਏ ਸ਼ਕੀਨਾ ਬਹਾ ਕੇ ਆ ਕੇ ਆਈ ਜ਼ੈਨਾ ਮੇਰੀ ਤਹੱਜਦ ਦੀ ਨਮਾਜ਼ ਦਾ ਨਾਂ ਸਕੀਨਾ ਮੈਂ ਤਹੱਜਦ ਦੀਆਂ ਨਮਾਜ਼ਾਂ 'ਚ ਧੀ ਮੰਗੀ ਹੈ ਸ਼ਾਮ ਦਿਆਂ ਸਫ਼ਰਾਂ 'ਚ ਮੇਰੀ ਧੀ ਦਾ ਖਿਆਲ ਕਰੇ ਜ਼ੈਨਬ ਹੁਣ ਮੇਰੇ ਤੋਂ ਪੁੱਛਦੀ ਹੈ ਕਿਉਂ ਨਹੀਂ ਟੁਰਦਾ ਮੈਨੂੰ ਤੂੰ ਦੱਸ ਮੈਂ ਕਿਵੇਂ ਜਾਵਾਂ ਜੰਗਲਾਂ 'ਚ ਮੇਰੀ ਧੀ ਇਕੱਲੀ ਰਹੇ ਇੱਕੋ ਹੀ ਵਹਿਣ ਕਰੂੰ ਮੈਂ ਮਿੰਬਰ ਛੋੜ ਰਿਹਾ ਮੁਤਮੈਨਾ ਮੇਰੇ ਹਿੱਸੇ ਦੇ ਆਸੂ ਆ ਗਏ ਇਮਾਮ ਦੀ ਅਦਾਲਤ 'ਚ ਕਬੂਲ ਹੋ ਜਾਣ ਇਹੋ ਲਫ਼ ਸੁਣਨ ਜਨਾਬੇ ਸੱਜਾਦ ਬਈ ਇਹ ਤਾਂ ਭੈਣ ਰਹਿ ਗਈ ਵਹਿਣ ਕਰਾਂ ਜੇ ਮੁਤਵਜੇ ਹੋ ਮੇਰੀ ਭੈਣ ਰਹਿ ਗਈ ਰਤ ਰੋਂਦੀ ਅੱਖਾਂ ਨਾਲ ਇਮਾਮ ਜ਼ਾਲਿਮ ਦੇ ਕਰੀਬ ਕਹਿਣ ਜ਼ਾਲਿਮਾ ਮੇਰੀ ਭੈਣ ਰਹਿ ਗਈ ਤੁਸੀਂ ਹਾਏ ਕੀਤੀ ਏ ਉਹ ਤਨਜ਼ੀਆ ਲਹਿਜੇ ਨਾਲ ਹੱਸ ਕੇ ਆਦਾ ਕੇ ਹੋਇਆ ਜੋ ਰਹਿ ਗਈ ਏ ਜੇ ਸਮਝੋ ਆ ਤੁਹਾਡੀ ਹਾਏ ਨਿਕਲੇ ਆ
सैयदा दर जालिमा मेरी बहन रह गई है तंदी आले दे नाला दे सजाद बच्चे तां के भी छंदे आए इमाम अदन हया कार जेड़े पहले आए नो पुत्र है ए गैरत दा मसला है जे तई सकीना ना आई मैं शाम नहीं जाऊंगा जालम दे सजाद मैं पियादा तेरा बाबा तुरसी तेरी माँ तुरसी मिंबर दी कसम इमाम अदन के करे से नाराज न होवे जालम दे सजाद जिस उठते तेरी माँ सवारे मैं उन लोहे दे तागिया ने मरे दे तेरी माँ ओदी सवारी टुरी तेरे बाबे दी सांग टुर पौजी केड़ा बंदे जेड़ा आया होवे ओदी हाए ना निकले ऐसे गल कीती है जिवें कड़िया पा के बैठी आई मेरी सैन दा वैण आया जो कर सकदा है कर लै मैं शाम नहीं जाणा मिंबर दी कसम ऐ बीबी बदया जो उठदी गर्दन ते रख के आदी अल्लाह दा हवान मैं गाजी नहीं भैणा बीबी आदी मैं पया दिया मर वजया है हुण पैर ना चावया है तुहाडी हाय निकलिए ते उठा दिया गोड़िया जमीन ते लग दिया है अपनी बोली चादर उस वेले आख आई जदा शाम नेड़े कैदन बीबी उ वेले आख आई जदा शराबी दा दरबार नेड़े थोड़ा इतो दे आखरी लफ्ज हालात बन गए न सांग टुर दिए न जनाबे ज़ैनब दा महमल ते न मेरे मौला सजा पत्थर ते लोवी तबे शक न रोवे के इंतजार च में अपने मुकद्दर नो आखे ए ज़ालिम दे ज़र बिर कैद जल्दी आ वन हुसैन दी धी नु लया कुरान लयो मैं हथ रख देना ना होंदा रिवायत दे कदी ना पढ़दा इस ज़ालिम ने तालियां ना चाया इदों ए तुरिया ते उदों बीबी ज़ैनब चा के आदी मेरा अल्लाह ओदे छुड़ा वेड़ा लै कोई नहीं हमीद अपने मुस्लिमा दे मेरा जिगर फटण दे आया मैं आखे बीबी जे हुक्म दे तेरी धी बचावा हमीद दे जालिम दा घोड़ा पहले दौड़े मेरा घोड़ा है जे घोड़े दे बाद दौड़े हमीद दे मेरा घोड़ा टिपे तुलम दा पी आई कयामत दा मंजरा चार साल दी बच्ची आई वाल खुले होया है सच्चे भज दिया ही कहे वेले खबे भज दिया हादी आई बाबा मैनो राह नहीं पिया लबना बाबा मैनो अम्मा कल्ला छोड़ के तुर गई है आखरी वेले हमीदा ते मेरे अपने तो पहले बेगैरत लह आया है जालिम वज के हुसैन दी धी दे दोए हाथ ना फले सच्चे हाथ नाल बेगैरत जुल्म कीता है तमाचा मार के अदा कहंदे हुकम दे नाल तो सम गई आवे मैं ना दस जा बिनद इमाम सातंग थी गए मासूम दे कीती मुश्किल नाल कलाम बीबी अदी मैं ना मारे मैं वल ना समसा ते ना कर सामूल आखरी बैठ तो खत्म हमीद अग्गा वधे मैं नहीं पता कितने सैयद बैठे हो जेड़े सैयद हो तुसा हाय करे है बाकी अंदी मर्दी हमीद अग्गा वधे आदे आ बीबी तेन घोड़े ते बहावा चार कदम पिछा के आदी मैनू हाथ न लावे मैं बतूला बीबी आदी तू घोड़े ते बह मैं नाल भज दिया हमीद आदे त्रै मील हुसैन दी धी मेरे नाल भज दिया ये ना फिरा न मिलिए ना बाबे न मिलिए ना मां न मिलिए उस घोड़े ते टुरिए जंदी गर्दन नाल गाजी दा सरा तले आके अदी अदी रुल गई आई वे ते सफरा दे समत दा पा कमगी मैं सब छोटी कर दे